ਹੈਲੋ, ਕੀ ਹਾਲ ਆ ਰੋਹਿਤ ਭਾਈ? ਆਪਣਾ ਡੱਬੀ 10ਵੀਂ ਮੈਂ ਪੜ੍ਹਿਆ ਤਾ, ਭੈਣ ਜੋ ਇਕੱਠੇ ਪੜ੍ਹੇ ਇਕੱਠੇ ਲਿਖੇ ਭੈਣ। ਹੈਲੋ ਬੇਟਾ, ਹੈਲੋ ਪੁੱਤਰ, ਕੀ ਹਾਲ ਹੈ? ਦੇਖ ਲੈ ਇਹ ਓਕੇ, ਤੇਰੇ ਵਾਲ ਉੱਡ ਗਏ ਆ ਨੀਚੇ ਚੱਕੀ ਐਡ ਚੱਕ ਦੀ ਚੱਕ ਨੀ ਉੱਪਰ ਕੇ ਕਰ ਗੱਗੀ ਤਾਂ ਬਰਬਾਦ ਹੋ ਚੁੱਕਾ ਹੈ। ਟੈਨਸ਼ਨ ਡਿਪਰੈਸ਼ਨ ਭੈਣ ਸਭ ਕੁਛ ਦਿਮਾਗ ਮੈਂ ਲੈ ਕੇ ਫਿਰਤੇ ਹੈ। ਸਾਲੇ ਮੇਰੀ ਸ਼ਕਲ ਦਿਖਾ ਰਿਹਾ ਬੈਠ ਕੇ। ਬਕਚੋਦੀ ਹੈ ਬੈਂਚ ਨਹੀਂ ਬੈਂਚ। ਇਤਨੇ ਛੇਦ ਕਰੂੰਗਾ, ਰਾਤ ਯਾਦ ਰੱਖੇਗਾ। ਪਰ ਮਜ਼ਾਕ ਕਰ ਰਿਹਾ ਮੈਂ ਤੋਂ। ਕੀ ਕੁਛ ਚੱਲ ਰਿਹਾ ਅੱਜ ਕੱਲ੍ਹ? ਕੁਛ ਨਹੀਂ, ਬੜੇ ਚੱਲ ਰਿਹਾ ਭਾਈ। ਪੜੋਸੀ ਗੇੜ ਨਹੀਂ ਦੇ ਰਹੇ ਭੈਣ ਚੋਰ ਜਾਰ ਕੇ ਗੋਲ ਚੇ ਸਾਲੇ ਨੇ ਨਾ ਮੈਂ ਗਾਉਂ ਕਾ ਭਗਵਾਨਪੁਰ ਗੇੜ ਨਹੀਂ ਦੇ ਰਹੇ ਗਾਮ ਕੇ ਘਰ ਕੇ ਪੜੋਸੀ ਬਾਹਰ ਅੰਦਰ ਬਾਹਰ ਗਾਲੀਆਂ ਮਿਲ ਰਹੀ। ਕੋਈ ਨਹੀਂ, ਗਾਲੀ ਤੋਂ ਸਾਲੇ ਮੈਨੂੰ ਲੱਗਾ ਪ੍ਰਧਾਨ ਮੰਤਰੀ ਬਣਨਾ ਪੜੇਗਾ ਇਹ ਤੋਂ। ਤੁਸੀਂ ਬੈਠੇ ਹੋ ਸਿੱਧਾ ਰਾਸ਼ਟਰਪਤੀ ਭਵਨ ਪਰ, ਦੇਖੋ ਸਹੀ ਆ। ਭੈਣ ਕ੍ਰਿਕਟ ਮੈਚ ਜਿੱਤਦੇ ਨਾ ਭੈਣ ਨੌਕਰੀ ਮਿਲਦੀ। ਯੋ ਹਮਾਰਾ ਭਾਰਤ ਸਰਕਾਰ ਠੀਕ ਹੈ, ਠੀਕ ਕੱਟੇਗਾ ਖਾਤਾ।